ਗੁਆਂਢ ਮੁਲਕ ਪਾਕਿਸਤਾਨ ਤੋਂ 48 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰੂਤਾਮਾ ਦੇ ਦਰਸ਼ਨਾਂ ਲਈ ਭਾਰਤ ਪੁੱਜਾ। ਇੱਥੇ ਵਰਣਨਯੋਗ ਹੈ ਕਿ ਇਸ ਜੱਥੇ ਦੇ ਵਿੱਚ ਪੇਸ਼ਾਵਰ, ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਲਾਲਪੁਰ ਨਾਲ ਸੰਬੰਧਿਤ ਸਿੱਖ ਸ਼ਰਧਾਲੂ ਜੋ ਕਿ ਪਾਕਿਸਤਾਨ ਤੋਂ ਆਏ ਹਨ ਉਹ ਸ਼ਾਮਿਲ ਸਨ। 48 ਵਾਗਾ ਸਰਹੱਦ ਰਾਹੀਂ ਇਹ ਜੱਥਾ ਭਾਰਤ ਵਿੱਚ ਦਾਖਲ ਹੋਇਆ ਅਤੇ ਇਸ ਜੱਥੇ ਵਿੱਚ ਸ਼ਾਮਿਲ ਲੋਕਾਂ ਨੇ ਭਾਰਤ ਦੇ ਵੀਜ਼ੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਸਿੱਖ ਸ਼ਰਧਾਲੂਆਂ ਨੇ ਦੱਸਿਆ ਕਿ 15 ਦਿਨਾਂ ਦੇ ਵੀਜ਼ੇ ਲਈ ਭਾਰਤ ਆਏ ਹਨ। ਸ਼ਰਧਾਲੂਆਂ ਵੱਲੋਂ ਦਿੱਲੀ, ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਹਿਬਾਨ ਜੀ ਦੇ ਕੀਤੇ ਜਾਣ ਵਾਲੇ ਦਰਸ਼ਨਾਂ ਦੇ ਪ੍ਰਤੀ ਤਾਂਗ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਪਾਕਿਸਤਾਨ ਦੇ ਵਿੱਚ ਬੈਠੇ ਸਿੱਖ ਸ਼ਰਧਾਲੂਆਂ ਵਿੱਚ ਵੀ ਰਹਿੰਦੀ ਹੈ, ਜਿਵੇਂ ਭਾਰਤ ਵਿੱਚ ਬੈਠੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਦੀ ਤਾਂਗ ਰਹਿੰਦੀ ਹੈ। ਇਹ ਜੱਥਾ 7 ਮਈ ਨੂੰ ਆਪਣੇ ਦੇਸ਼ ਪਾਕਿਸਤਾਨ ਵਾਪਸ ਪਰਤੇਗਾ। ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆਈ ਅਤੇ ਉਨ੍ਹਾਂ ਕਿਹਾ ਕਿ ਉਹ ਪਿਆਰ ਦਾ ਸੁਨੇਹਾ ਲੈ ਕੇ ਭਾਰਤ ਆਏ ਹਨ ਤੇ ਜੋ ਰਿਸ਼ਤਾ ਭਾਰਤੀ ਸਿੱਖਾਂ ਦਾ ਨਨਕਾਣਾ ਸਾਹਿਬ ਦੇ ਨਾਲ ਹੈ ਉਹ ਰਿਸ਼ਤਾ ਪਾਕਿਸਤਾਨ ਦੇ ਸਿੱਖਾਂ ਦਾ ਦਰਬਾਰ ਸਾਹਿਬ ਦੇ ਨਾਲ ਹੈ ਅਤੇ ਅੱਜ ਉਹਨਾਂ ਦੀ ਦਿਲੀ ਖਵਾਹਿਸ਼ ਪੂਰੀ ਹੋਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਲਕਾ ਜੀ ਨੇ ਹਰਮੀਤ ਸਿੰਘ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਐਕਸ ਪ੍ਰੈਜ਼ੀਡੈਂਟ, ਜਿਨ੍ਹਾਂ ਦੇ ਸਪੋਂਸਰ ਦੇ ਉੱਤੇ ਸਾਨੂੰ ਵੀਜ਼ੇ ਮਿਲੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਪੈਸ਼ਲ ਧੰਨਵਾਦ ਸਰਦਾਰ ਪਰਮਜੀਤ ਸਿੰਘ ਚੰਡੋਗ ਜੀ ਦਾ, ਜਿਨ੍ਹਾਂ ਨੇ ਸ਼ੋਰਟ ਟਾਈਮ ਵਿੱਚ ਸਾਨੂੰ ਵੀਜ਼ੇ ਦੇ ਕੇ ਸਾਡੇ ਪਾਕਿਸਤਾਨੀ ਦੇ ਮਨ ਜਿੱਤ ਲਏ। ਸਰਦਾਰ ਪ੍ਰੀਤਮ ਸਿੰਘ, ਜਥੇਦਾਰ ਸ਼੍ਰੀ ਗੁਰੂ ਰਾਮਦਾਸ ਸਿੰਘ ਸਾਹਿਬ, ਸ਼੍ਰੀ ਨਨਕਾਣਾ ਸਾਹਿਬ, ਅੱਜ ਅਸੀਂ 15 ਦਿਨ ਦਾ ਵੀਜ਼ਾ ਲੈ ਕੇ ਆਏ ਹਾਂ, ਦਿੱਲੀ ਦਾ, ਅਨੰਦਪੁਰ ਸਾਹਿਬ ਦਾ ਅਤੇ ਪਲੱਸ ਅੰਮ੍ਰਿਤਸਰ ਦਾ, ਟੋਟਲ 48। ਹੁਣ ਤੁਸੀਂ ਵੀ ਜਿੱਤ ਸਕਦੇ ਹੋ ਆਈਫੋਨ 13, ਲੈਪਟਾਪ ਐਂਡ LED, ਪਰ ਪ੍ਰੀਮੀਅਮ ਲੈਂਗੁਏਜ ਸਕੂਲ ਐਂਡ ਇਮੀਗ੍ਰੇਸ਼ਨ 'ਚ ਐਡਮਿਸ਼ਨ ਲੈ ਕੇ ਅਸੀਂ ਆਇਲਸ ਕਰਨ ਵਾਲੇ ਬੱਚਿਆਂ ਲਈ ਇੱਕ ਲੱਕੀ ਡਰਾਅ ਕੱਢਣ ਜਾ ਰਹੇ ਹਾਂ, ਜਿਹਦੇ ਇਹ 3 ਪ੍ਰਾਈਜ਼ ਹੋਣਗੇ। ਜੇ ਤੁਸੀਂ ਵੀ ਚਾਹੁੰਦੇ ਹੋ ਇਹ ਸਭ ਪ੍ਰਾਈਜ਼ ਜਿੱਤਣਾ, ਜਲਦ ਤੋਂ ਜਲਦ ਕਾਲ ਕਰੋ, ਬ੍ਰਾਂਚ ਵਿਜ਼ਿਟ ਕਰੋ ਅਤੇ ਆਪਣੀ ਐਡਮਿਸ਼ਨ ਕਰਵਾਓ। ਧੰਨਵਾਦ। ਦੋਵੇਂ ਸਰਕਾਰਾਂ ਨੂੰ ਮੇਰੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਵੀ ਖੁੱਲ੍ਹੇ ਦਰਸ਼ਨ ਦੇ ਦੀਦਾਰੇ ਵਾਸਤੇ ਵੀਜ਼ੇ ਦਿੱਤੇ ਜਾਣ ਅਤੇ ਸਾਡੇ ਪਾਕਿਸਤਾਨ ਦੀ ਸਰਕਾਰ ਤਾਂ ਹਰ ਟਾਈਮ ਤੁਹਾਨੂੰ ਮੋਸਟ ਵੈਲਕਮ GIA ਨੂੰ ਨਾਗਦੀ ਹੈ, ਉੱਧਰੋਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ, ਇੱਧਰੋਂ ਵੀ ਸਾਨੂੰ ਕੋਈ ਦਿੱਕਤ ਨਹੀਂ ਆਈ ਹੈ। ਅਸੀਂ ਬਹੁਤ ਧੰਨਵਾਦੀ ਹਾਂ ਭਾਰਤ ਸਰਕਾਰ ਦੇ, ਲੇਕਿਨ ਅਸੀਂ ਇਹ ਬੇਨਤੀ ਕਰਾਂਗੇ ਕਿ ਸਾਨੂੰ ਹੇਮਕੁੰਟ ਸਾਹਿਬ ਵਾਸਤੇ ਵੀ ਜਲਦੀ ਤੋਂ ਜਲਦੀ ਵੀਜ਼ੇ ਦਿੱਤੇ ਜਾਣ। ਕਿਵੇਂ ਹਾਂਜੀ ਹਾਂਜੀ, ਬਸ ਇਹ ਸਾਨੂੰ ਆਪਣਾ ਜਿਹੜੇ ਨੇ ਨਾ ਅੱਗੇ ਵੀ ਅਸੀਂ ਬੇਨਤੀ ਕਰਨੇ, ਹੁਣ ਵੀ ਬੇਨਤੀ ਕਰਨੇ ਆ, ਜਿੰਨੇ ਸਾਨੂੰ ਵੀਜ਼ੇ ਦਿੱਤੇ ਜਾਣਗੇ ਉਹਨੇ ਅਸੀਂ ਜਿਹੜੀ ਨਾ ਵਾਧੂ ਸੰਗਤਾਂ ਜਿਹੜੀਆਂ ਨੇ ਨਾ ਦਰਸ਼ਨ ਮੇਲੇ ਵਾਸਤੇ ਆਉਣਗੀਆਂ। ਜੀ, ਮੇਰਾ ਨਾਮ ਭੁਪਿੰਦਰ ਸਿੰਘ ਲਵਲੀ ਹੈ ਅਤੇ ਅੱਜ ਤਕਰੀਬਨ ਅਸੀਂ ਕੋਈ 48 ਬੰਦੇ ਦੇ ਕਰੀਬ, ਜਿਹਦੇ 'ਚ ਪਿਸ਼ਾਵਰ ਤੋਂ, ਪੰਜਾ ਸਾਹਿਬ ਤੋਂ, ਨਨਕਾਣਾ ਸਾਹਿਬ ਤੋਂ, ਲੈਲਪੁਰ ਤੋਂ, ਅਸੀਂ ਸਾਰੇ ਅੱਜ ਵਾਹਗਾ ਬਾਰਡਰ ਦੇ ਜ਼ਰੀਏ ਅਟਾਰੀ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਔਰ ਮੁਹੱਬਤਾਂ ਲੈਣ, ਮੁਹੱਬਤਾਂ ਵੰਡਣ ਇੱਥੇ ਆਏ ਹਾਂ ਜੀ ਇੰਡੀਆ ਦੇ ਵਿੱਚ। ਬੜੇ ਲੰਬੇ ਸਮੇਂ ਬਾਅਦ ਵੀਜ਼ਾ ਮਿਲਿਆ ਔਰ ਕਾਫੀ ਸਿੱਖ ਉੱਧਰ ਦੇ ਮੰਗ ਕਰਦੇ ਕਿ ਅਸੀਂ ਵੀ ਅੰਮ੍ਰਿਤਸਰ ਆਈਏ, ਅਸੀਂ ਵੀ ਗੁਰਦੁਆਰਾ ਦਰਸ਼ਨ ਕਰੀਏ, ਅੱਜ ਕਿਸ ਤਰ੍ਹਾਂ ਦੇ ਵਿਚਾਰ, ਕਿਸ ਤਰ੍ਹਾਂ ਦੀ ਭਾਵਨਾ? ਦੇਖੋ ਜੀ, ਜਿਹੜਾ ਰਿਸ਼ਤਾ ਇੱਥੋਂ ਦੇ ਸਿੱਖਾਂ ਦਾ ਨਨਕਾਣਾ ਸਾਹਿਬ ਦੇ ਨਾਲ ਹੈ, ਉਹੀ ਰਿਸ਼ਤਾ ਸਾਡਾ ਹਰਿਮੰਦਰ ਸਾਹਿਬ ਦੇ ਨਾਲ ਹੈ ਅਤੇ ਦੇਖੋ ਇੱਕ ਖਿੱਚ ਤਾਂ ਹੈਗੀ ਹੈ ਹਰਿਮੰਦਰ ਸਾਹਿਬ ਦੀ ਅਤੇ ਇਸ ਕਰਕੇ ਇੱਕ ਉਡੀਕ ਸੀ ਕਾਫੀ ਲੰਬੇ ਚਿਰਾਂ ਤੋਂ ਅਤੇ ਹੁਣ ਜਾ ਕੇ ਹੀ ਹੈ ਉਡੀਕ ਜਿਹੜੀ ਹੈ ਉਹ ਪੂਰੀ ਹੋਏਗੀ। ਸਕਾਨਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।